ਪੰਜਾਬ ਟੀਵੀ ਦੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਡੇਰਾ ਸਿਰਸਾ ਮੁਖੀ ਦੀ ਮਾਫੀ ਨੂੰ ਲੈ ਕੇ ਜਿਹੜੀਆਂ ਮੰਦਭਾਗੀ ਘਟਨਾਵਾਂ ਵਾਪਰੀਆਂ ਉਹਦੇ ਨਾਲ ਜਿੱਥੇ ਪੰਜਾਬ ਤੇ ਦੇਸ਼ ਚ ਬੈਠਾ ਸਿੱਖ ਪਾਈਚਾਰਾ ਉਸ ਵੱਲੋਂ ਬੜਾ ਤਿੱਖਾ ਰੋਸ ਪ੍ਰਗਟਾਵਾ ਕੀਤਾ ਗਿਆ ਆਪਣੇ ਆਪਣੇ ਢੰਗ ਨਾਲ ਸੜਕਾਂ ਰੋਕੀਆਂ ਗਈਆਂ ਤਰਨੇ ਦਿੱਤੇ ਗਏ ਮਜ਼ਾਰੇ ਕੀਤੇ ਗਏ ਉਥੇ ਜਿਹੜਾ ਵਿਦੇਸ਼ਾਂ ਚ ਬੈਠਾ ਸਿੱਖ ਪਾਈਚਾਰਾ ਉਹਨਾਂ ਦੇ ਹਿਰਦੇ ਵੀ ਇਹਦੇ ਨਾਲ ਬੁਰੀ ਤਰ੍ਹਾਂ ਬਲੁੰਦਰੇ ਗਏ ਆ। ਵਿਦੇਸ਼ਾਂ 'ਚ ਬੈਠਾ ਸਿੱਖ ਭਾਈ ਜਾਰਾ ਵੀ ਪੰਜਾਬ ਦੀ ਉਸੇ ਤਰ੍ਹਾਂ ਸੁੱਖ ਸ਼ਾਂਤੀ ਭਾਈਚਾਰੇ ਲਈ ਅਰਦਾਸ ਕਰਦਾ ਹੈ ਜਿੱਧਰ ਇੱਧਰ ਬੈਠਾ ਪੰਜਾਬੀ ਕਰਦਾ ਹੈ। ਇਹਨਾਂ ਸਾਰੇ ਮੁੱਦਿਆਂ ਤੇ ਸਾਡੇ ਨਾਲ ਚਰਚਾ ਜਿਹੜੇ ਅੱਜ ਵਿਸ਼ੇਸ਼ ਮਹਿਮਾਨ ਹਾਜ਼ਰ ਨੇ ਸਾਹ ਕਮਲਜੀਤ ਸਿੰਘ ਸੋਨੀ ਜਿਹੜੇ ਕਿ ਸਿਕਸ ਆਫ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਤੇ ਪਾਰਟੀ ਜਨਤਾ ਪਾਰਟੀ ਦੇ ਉਥੇ ਕੋਆਰਡੀਨੇਟਰ ਨੇ। ਸਾਡੇ ਨਾਲ ਦੂਜੇ ਜਿਹੜੇ ਖਾਸ ਮਹਿਮਾਨ ਜੁੜੇ ਨੇ ਪੈਨਲ ਤੇ ਸਰਵਜੀਤ ਪੰਦੇਰ ਜਿਹੜੇ ਕਿ ਸੀਨੀਅਰ ਜਰਨਲਿਸਟ ਨੇ ਮੈਂ ਦੋਨਾਂ ਮਹਿਮਾਨਾਂ ਨੂੰ ਜੀ ਆਖਦਾ ਹਾਂ ਸੋਨੀ ਸਰ ਜਦੋਂ ਆਪਾਂ ਗੱਲ ਕਰਦੇ ਹਾਂ ਜਿਹੜੇ ਵਿਦੇਸ਼ਾਂ 'ਚ ਬੈਠੇ ਜਾਂ ਪ੍ਰਵਾਸੀ ਪੰਜਾਬੀਆਂ ਦੀ ਆਪਾਂ ਗੱਲ ਕਹੀਏ ਜੋ ਕੁਝ ਪੰਜਾਬ 'ਚ ਪਿਛਲੇ ਦਿਨਾਂ ਦੇ ਅੰਦਰ ਵਾਪਰਿਆ ਹੈ ਪਿਛਲੇ ਦਿਨਾਂ ਤੋਂ ਜਿਹੜੀਆਂ ਬਾਹਰੋਂ ਵੀ ਰਿਪੋਰਟਸ ਆਉਂਦੀਆਂ ਰਹੀਆਂ ਸੀ ਤੁਹਾਡੇ ਕੋਲ ਵੀ ਜਾਨਣਾ ਚਾਹਾਂਗੇ ਇਨ੍ਹਾਂ ਘਟਨਾਵਾਂ ਬਾਰੇ ਜਿਹੜੇ ਬਾਹਰ ਬੈਠੇ ਪੰਜਾਬੀ ਹੈ ਕਿੰਨੇ ਕਿ ਚਿੰਤਾਤ ਹੋ ਰਹੇ ਆ ਵਾਜੁਰਜੀ ਦਾ ਖਾਲਸਾ ਵਾਜੁਰਜੀ ਦੀ ਫਤਿਹ ਜੀ ਮੈਂ ਸ਼ੁਰੂ ਥੋੜਾ ਜਿਆਦਾ ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੇਰਾ ਮਕਸਦ ਇੰਡੀਆ ਆਉਣ ਦਾ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦਿਆਂ ਬੈਕਗਰਾਉਂਡ ਓਕੇ 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 ਮੋਸਟ ਵੈਲਕਮ ਇਜਾਜ਼ਤ ਹੋਵੇ ਤੇ ਜੀ ਜੀ ਮੋਸਟ ਵੈਲਕਮ ਅਸੀਂ ਇੱਕ ਸਿੱਖ ਡੈਲੀਗੇਸ਼ਨ ਲੈ ਕੇ ਆਏ ਸੀ ਅਸੀਂ ਪਿੱਛੇ ਮੋਦੀ ਜੀ ਨੂੰ ਕੁਝ ਮੈਮੋਰੰਡਮ ਦਿੱਤੇ ਸੀ ਸਿੱਖਾਂ ਦੇ ਮੁੱਦਿਆਂ ਦੇ ਉੱਤੇ ਜੀ ਔਰ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਕਿ ਐਸਆਰਏ 84 ਦੇ ਰਾਈਟਸ ਕੁਝ ਜਿਹੜੇ ਥੇ ਜੇਲਾਂ ਵਿੱਚ ਸਾਡੇ ਭਰਾ ਅੰਦਰ ਬੰਦ ਹਨ ਓਵਰਟਾਈਮ ਹੋ ਗਿਆ ਹੈ ਉਹਨਾਂ ਨੂੰ ਰਿਲੀਜ਼ ਕਰਨ ਵਾਸਤੇ ਤੇ ਅਸੀਂ ਉਹਨਾਂ ਨੂੰ ਇੱਕ ਤੇ ਰਿਮਾਈਂਡ ਕਰਨਾ ਹੈ ਸੀ ਦੂਸਰਾ ਅਸੀਂ ਇਹਨਾਂ ਨੇ ਥੈਂਕ ਯੂ ਵੀ ਕਰਨਾ ਹੈ ਸੀ ਜਿਹੜੀ ਜਿਹੜੀ ਚੀਜ਼ ਇਹਨਾਂ ਨੇ ਕੀਤੀ ਹੈ ਓਕੇ ਇਹ ਛੇ ਪਾਈ ਵਰਿਆਮ ਸਿੰਘ ਨੂੰ ਇਹਨਾਂ ਨੇ ਕਿ ਬਹੁਤ ਸਾਲਾਂ ਬਾਅਦ ਟਾਡਾ ਦੇ ਅਗੇ ਥੱਲੇ ਉਹਨਾਂ ਨੂੰ ਜੇਲ੍ਹ ਵਿੱਚ ਉਹਨਾਂ ਨੂੰ ਛੱਡਿਆ ਤੇ ਅਸੀਂ ਜਾ ਕੇ ਉਹਨਾਂ ਨੂੰ ਥੈਂਕ ਯੂ ਕੀਤਾ ਹੋਮ ਮਿਨਿਸਟਰ ਨੂੰ ਤੇ ਉਹਨਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਕਿ ਇਹੋ ਜਿਹੇ ਮੁੱਦੇ ਜਿਹੜੇ ਵੀ ਮੇਰੇ ਸਾਹਮਣੇ ਆਉਣਗੇ ਮੈਂ ਉਹਨਾਂ ਸਾਰਿਆਂ ਨੂੰ ਰਿਲੀਜ਼ ਕਰਾਂਗਾ ਓਕੇ ਨਾਉ ਮੈਂ ਦੂਸੀ ਸਾਡੇ ਡੈਲੀਗੇਸ਼ਨ ਦੇ ਵਿੱਚ ਸਾਡੇ ਨਾਲ ਸਰਦਾਰ ਜਸ ਜਲਦੀਪ ਸਿੰਘ ਜਸਸੀ ਜਿਹੜੇ ਕਿ ਉੱਥੇ ਮੈਰੀਲੈਂਡ ਗਵਰਨਰ ਦੇ ਆਫਿਸ ਵਿੱਚ ਸਾਊਥ ਏਸ਼ੀਆਨ ਕਮੇਟੀ ਦੇ ਚੇਅਰਮੈਨ ਤੇ ਨਾਲ ਅਡੱਪਾ ਪ੍ਰਸਾਦੀ ਜਿਹੜੇ ਕਿ ਬੀਜੇਪੀ ਦੇ ਪ੍ਰੈਜ਼ੀਡੈਂਟ ਉਹ ਵੀ ਨਾਲ ਆਏ ਸੀ ਓਕੇ ਪੂਰਾ ਡੈਪੂਟੀਸ਼ਨ ਤੁਸੀਂ ਜਾ ਕੇ ਜਿਹੜਾ ਹੈਗਾ ਹੋਮ ਮਿਨਿਸਟਰ ਨੂੰ ਮਿਲੇ ਸੀ ਜੀ ਉਸ ਤੋਂ ਬਾਅਦ ਰਾਮ ਮਾਧਵ ਜੀ ਨੂੰ ਮਿਲੇ ਆ ਤੇ ਉਸ ਤੇ ਰਾਮ ਲਾਲ ਜੀ ਨੂੰ ਮਿਲਿਆ ਕਿਉਂਕਿ ਤੇ ਆਪਣੇ ਕੈਪਟਨ ਰਠੌਰ ਜਿਹੜੇ ਕਿ ਇਨਫੋਰਮੇਸ਼ਨ ਮਨਿਸਟਰ ਹੈ। ਓਕੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਰਿਮਾਈਂਡ ਕਰਾਇਆ ਕਿ ਦੇਖੋ ਤੁਸੀਂ ਸਾਡੇ ਨਾਲ ਵਾਅਦੇ ਜੋ ਕਰਕੇ ਆਏ ਸੀ ਆਪਾਂ ਉਸ ਨੂੰ ਫਾਲੋ ਅਪ ਕਰਨ ਆਇਆ। ਜੀ ਜੀ ਤੁਸੀਂ ਪੂਰੀ ਕੋਸ਼ਿਸ਼ ਕਰੋ ਕਿ ਜਿਸ ਤਰ੍ਹਾਂ ਤੁਸੀਂ ਕਰਦੇ ਜਾ ਰਹੇ ਉਹਨਾਂ ਦਾ ਮਿਹਰਬਾਨੀ ਬੜੀ ਪਰ ਅਗੋਂ ਵੀ ਇਹ ਚੀਜ਼ਾਂ ਜਿਹੜੀਆਂ ਬਾਕੀ ਦੀਆਂ ਜਿਹੜੀਆਂ ਰਹਿ ਗਿਆ ਉਹ ਅੱਗੇ ਸਾਲ ਕਰੋ ਸਾਰਿਆਂ ਨੇ ਉਹਨੇ ਆਪਣੇ ਰਠੌਰ ਜੀ ਨੇ ਤੇ ਸਾਰੇ ਪੁਆਇੰਟ ਸਾਡੇ ਨੋਟ ਵੀ ਕੀਤੇ। ਓਕੇ ਓਕੇ ਜੀ ਬਾਕੀ ਅਸੀਂ ਹੁਣ ਆਉਂਨੇ ਆ ਇਹ ਪੰਜਾਬ ਦੇ ਮੁੱਦੇ ਤੇ ਪੰਜਾਬ ਵਿੱਚ ਜੋ ਕੁਝ ਹੋਇਆ ਇਸ ਦੇ ਉੱਤੇ ਸਾਰੇ ਸਿੱਖ ਜਗਤ ਦੇ ਵਿੱਚ ਬਹੁਤ ਹੀ ਤਕਲੀਫ ਹੈ ਬਹੁਤ ਹੀ ਰੋਸ਼ ਹੈ ਬਹੁਤ ਹੀ ਇਸ ਚੀਜ਼ ਦੇ ਉੱਤੇ ਰੰਜਸ਼ ਹੈ ਕਿ ਇਸ ਧਰਤੀ ਦੇ ਉੱਤੇ ਇਹ ਚੀਜ਼ ਹੋ ਰਹੀ ਹੈ ਹੁਣ ਕਿਸ ਦਾ قصور ਹੈ ਆਪਾਂ ਇਸ ਡਿਬੇਟ ਵਿੱਚ ਅਸੀਂ ਇਹ ਚੀਜ਼ ਪੁਆਇੰਟ ਨਹੀਂ ਕਰ ਸਕਦੇ ਪਰ ਅਸੀਂ ਉੱਥੇ ਸਾਰੇ ਗੁਰਦੁਆਰਿਆਂ ਦੇ ਵਿੱਚ ਰੋਜ਼ ਅਰਦਾਸਾਂ ਕਰਨੀਆਂ ਆਂ ਕੀਰਤਨ ਹੋਇਆ ਕਿ ਪੰਜਾਬ ਦੀ ਧਰਤੀ ਤੇ ਸੁੱਖ ਸ਼ਾਂਤੀ ਰਹੇ ਜੀ ਜੀ ਤੁਹਾਨੂੰ ਲੱਗਦਾ ਕਿ ਜਿਹੜੀ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਅਲਟੀਮੇਟਲੀ ਸੋਨੀ ਸਭ ਕਿਤੇ ਨਾ ਕਿਤੇ ਤੱਕ ਕਿਸੇ ਨੂੰ ਕਸੂਰਬਾ ਠਹਿਰਾਉਣਾ ਹੀ ਪਏਗਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਰ ਉਸ ਚੀਜ਼ ਤੇ ਉੱਤੇ ਪਹੁੰਚਦੇ ਆ ਹੋਇਆ ਜਿਹੜੀ ਮੁੱਦਾ ਹੈਗਾ ਕਿ ਉਸ ਉਸ ਭੀੜ ਦੇ ਉੱਤੇ ਜੀ ਜੀ ਭੀੜ ਦੇ ਉੱਤੇ ਗੋਲੀ ਕਿਉਂ ਚਲੀ ਹੂੰ ਹੂੰ ਗੋਲੀ ਚਲਾਈ ਜੀ ਇਹ ਤੇ ਚਲੀ ਹੈ ਨਾ ਜੀ ਜੀ ਪਰ ਦੇਖੋ ਮੈਂ ਕਹਿਣਾ ਕਿ ਪੁਲਿਸ ਦੇ ਹੱਥੋਂ ਗੋਲੀ ਚਲੀ ਹੈ ਹੂੰ ਔਰ ਪੁਲਿਸ ਨੂੰ ਕਿਸਨੇ ਆਰਡਰ ਦਿੱਤਾ ਹੈ ਇਸ ਚੀਜ਼ ਦਾ ਜਲਦੀ ਤੋਂ ਜਲਦੀ ਮੈਂ ਆਪਣੇ ਅਕਾਲੀ ਤੇ ਅਕਾਲੀ ਪਾਰਟੀ ਤੇ ਭਾਜਪਾ ਦੀ ਗਵਰਨਮੈਂਟ ਸਾਂਝੀ ਗਵਰਨਮੈਂਟ ਐਥੇ ਮੈਂ ਦੋਵਾਂ ਨੂੰ ਰਿਕੁਐਸਟ ਕਰਨਾ ਕਿ ਜਲਦੀ ਤੋਂ ਜਲਦੀ ਇਸ ਚੀਜ਼ ਦਾ ਸਜ਼ਾ ਦਿੱਤੀ ਜਾਏ ਓਕੇ ਤੇ ਇਸ ਚੀਜ਼ ਨੂੰ ਨਿਪਟਾਇਆ ਜਾਏ ਕਿ ਇਹ ਗੋਲੀ ਚਲਾਣ ਦੇ ਪਿੱਛੇ ਦੋ ਬੰਦੇ ਮਾਰੇ ਗਿਆ ਦੋ ਬੱਚੇ ਮਾਰੇ ਗਿਆ ਸਾਡੇ ਓਏ ਕੋਈ ਛੋਟੀ ਜਿਹੀ ਗੱਲ ਨਹੀਂ ਜਲਦੀ ਤੂੰ ਜਲਦੀ ਇਟ ਨੂੰ ਨਿਪਟਾ ਕੇ ਕੋਕੀ ਸੋਨੀ ਸਰ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਇਸ ਮੁੱਦੇ ਦੇ ਉੱਤੇ ਕੋਈ ਨਾ ਕੋ ਇਨਸਾਫ ਮਿਲਣਾ ਚਾਹੀਦਾ ਹੈ ਇਹ ਰਸ ਜਿੱਦਾਂ ਸੋਨੀ ਜੀ ਨੇ ਗੱਲ ਕੀਤੀ ਹੈ ਆਪਾਂ ਵੀ ਬਾਰੋਂ ਪੜਦੇ ਆਂ ਦੇਖਦੇ ਆਂ ਕਿ ਜਿਹੜੇ ਬਾਹਰ ਬੈਠੇ ਪ੍ਰਵਾਸੀ ਪੰਜਾਬੀ ਹੈ ਜਾਂ ਸਿੱਖ ਭਾਈਚਾਰਾ ਜਿਸ ਤਰ੍ਹਾਂ ਦੇ ਰੈਗੂਲੇਸ਼ਨ ਆ ਰਹੇ ਆ ਗੁਰਦਾਨ ਅੱਜ ਮੀਟਿੰਗਾਂ ਹੋ ਰਹੀਆਂ ਤੁਹਾਨੂੰ ਲੱਗਦਾ ਹੈ ਕਿ ਉਹ ਵੀ ਇਦਾਂ ਹੀ ਬਹੁਤ ਜ਼ਿਆਦਾ ਚਿੰਤਤ ਹੈਗੇ ਆ ਪੰਜਾਬ ਦੀਆਂ ਕੜਨਾਵਾਂ ਦੇ ਬਾਰੇ ਵਿੱਚ ਸਿੱਧੂ ਸਾਹਿਬ ਕਾਫੀ ਦੇਰ ਤੋਂ ਜਿਹੜੀ ਪਹਿਲਾਂ ਕਿਸੇ ਟਾਈਮ ਤੇ ਜਿਹੜਾ ਐਨ ਆਰ ਆਈਜ਼ ਜਿਹੜਾ ਐਨ ਆਰ ਆਈ ਐਬ੍ਰੀਵੀਏਸ਼ਨ ਸੀ ਉਹਨੂੰ ਉਹਨੂੰ ਡਿਸਟੋਰਟ ਕਰਕੇ ਲੋਕੀ ਇਹ ਕਹਿਣ ਲੱਗ ਪਏ ਸੀ ਕਿ ਨਾਟ ਰਿਕੁਆਇਰਡ ਇੰਡੀਅਨਸ ਕਹਿਣਾ ਸ਼ੁਰੂ ਕਰਤਾ ਸੀ ਪਰ ਪਿਛਲੀਆਂ ਜਿਹੜੀਆਂ ਜਿਹੜੀਆਂ ਇਲੈਕਸ਼ਨ ਹੋਈਆਂ ਸਪੈਸ਼ਲੀ ਜਿਹੜੀਆਂ ਪਾਰਲੀਮੈਂਟ ਦੀ ਇਲੈਕਸ਼ਨ ਜੀ ਜੀ ਜੋ ਐਨ ਆਰ ਆਈ ਸਪੈਸ਼ਲੀ ਜਿਹੜਾ ਪੰਜਾਬ ਦਾ ਐਨ ਆਰ ਆਈ ਜਿਸ ਤਰ੍ਹਾਂ ਉਹਨਾਂ ਨੇ ਪਾਰਟਿਸਿਪੇਟ ਕੀਤਾ ਔਰ ਉਹਨਾਂ ਨੇ VOTING ਪੈਟਰਨਸ ਨੂੰ ਇਨਫਲੂਐਂਸ ਕੀਤਾ ਉਹਦੇ ਵਿੱਚ ਮਜਬੂਰੀ ਬਣ ਗਈ ਕਿ ਜਿਹੜੀ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਜਾ ਕੇ ਐਨਆਰਆਈਜ਼ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਪ੍ਰੋਪਰ ਕੋਈ ਹੱਲ ਤੇ ਉਹ ਸੋਚਣਾ ਉਸ ਇੱਕ ਸੈਕਸ਼ਨ ਨੂੰ ਦੇਖਿਆ ਜਾਵੇ ਜੀ ਹੁਣ ਤੱਕ ਤਾਂ ਆਪਾਂ ਜਿਹੜੇ ਇੱਕ ਉਹ ਐਨਆਰਆਈ ਸਭਾ ਜੀ ਬਣ ਜਾਂਦੀ ਹੈ ਕਦੇ ਉਹ ਟੁੱਟ ਜਾਂਦੀ ਹੈ ਕਦੇ ਫਿਰ ਕਦੇ ਕੋਈ ਐਨਆਰਆਈ ਇੱਕ ਸਮੇਲਨ ਕਰ ਲੈਂਦੇ ਨੇ ਉਹਦੇ ਤੇ ਖਾਣਾ ਪੀਣਾ ਥੋੜਾ ਜਿਹਾ ਨਾਚ ਗਾਣਾ ਜਿਵੇਂ ਕਿਸੇ ਆਈਐਸ ਅਧਿਕਾਰੀ ਨੂੰ ਜਿਹੜਾ ਹੈਗਾ ਉਹਦਾ ਹੈੱਡ ਬਣਾਤਾ ਹਾਂਜੀ ਮੁੜ ਕੇ ਜਿਹੜਾ ਉਹ ਇਧਰਲੇ ਲੋਕਾਂ ਨੂੰ ਨਹੀਂ ਮਿਲਦਾ ਤੇ ਐਨਆਰਆਈਜ਼ ਨੂੰ ਕਿਤੇ ਬਿਲਕੁਲ ਨਹੀਂ ਔਰ ਔਰ ਜਿਹੜੇ ਪੋਲੀਟੀਸ਼ੀਅਨ ਨੇ ਜੀ ਉਹ ਐਨਆਰਆਈ ਸਮੇਲਨ ਕਰਕੇ ਜੀ ਉੱਥੇ ਉਹਨਾਂ ਨੂੰ ਬੁਲਾ ਕੇ ਕਿਸੇ ਦੇ ਕਿਸੇ ਨੂੰ ਸਨਮਾਨਿਤ ਕਰਤਾ ਕਿਸੇ ਨੂੰ ਬੁਲਵਾਤਾ ਕਿ ਉਹ ਚੀਫ ਮਿਨਿਸਟਰ ਨਾਲ ਫੋਟੋ ਖਿਚਵਾਤੀ ਹੈ ਜੀ ਉਹ ਉੱਥੇ ਤੱਕ ਮਹਦ ਪੋਲਿਟਿਕਸ ਦੇ ਵਿੱਚ ਉਹਨਾਂ ਦੀ ਉਹਨਾਂ ਦੀ ਜਿਸ ਲੈਵਲ ਪਾਰਟਿਸਪੇਸ਼ਨ ਆਈ ਹੈ ਜੀ ਔਰ ਸੋਨੀ ਸਾਹਿਬ ਤੁਹਾਡੇ ਨਾਲ ਦੇ ਜਿਹੜੇ ਮੁਲਕ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਪੰਜਾਬੀਆਂ ਦੀ ਜਿਹੜੀ ਹੈਗੀ ਆ ਹੁਣ ਇਸ ਵੇਲੇ ਇਲੈਕਸ਼ਨ ਦੇ ਵਿੱਚ 15 16 ਐਮਪੀ ਜਿੱਤ ਕੇ ਜਾਣੇ ਜੀ ਜੀ ਔਰ ਪੰਜਾਬੀ ਇਸ ਆਈ ਥਿੰਕ ਅਗਰ ਜੇ ਅਸੀਂ ਧਿਆਨ ਨਾਲ ਦੇਖੀਏ ਪੰਜਾਬੀ ਜਿਹੜੇ ਹੈ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਉਹਨਾਂ ਦੀ ਪਾਰਟਿਸਪੇਸ਼ਨ ਹੈ ਅ ਪਾਕਿਸਤਾਨ ਦੇ ਵਿੱਚ ਉਹ ਡਿਸਾਈਡਿੰਗ ਫੈਕਟਰ ਨੇ ਕੈਨੇਡਾ ਦੇ ਵਿੱਚ ਸ਼ਾਇਦ ਕਾਫੀ ਵਧੀਆ ਨੰਬਰ ਚ ਪਾਰਲੀਮੈਂਟ ਚੱਲ ਰਹੀ ਹੈ ਸ਼ਾਇਦ ਕਿਤੇ ਨਤੀਜੇ ਹੈ ਉਹਦੇ ਤੋਂ ਲੱਗ ਰਿਹਾ ਹੈ ਕਿ ਉੱਥੇ ਵੀ ਜਿਹੜਾ ਹੈਗਾ ਬਹੁਤ ਵੱਡਾ ਇਨਫਲੂਐਂਸ ਪੰਜਾਬੀ ਗਰੁੱਪ ਬਣ ਗਿਆ ਹੈ ਬਿਲਕੁਲ ਔਰ ਹਿੰਦੁਸਤਾਨ ਦੀ ਪਾਰਲੀਮੈਂਟ ਨਾਲੋਂ ਜ਼ਿਆਦਾ ਜਿਹੜੀ ਹੈਗੀ ਹੈ ਰਿਪਰੈਜ਼ੈਂਟੇਸ਼ਨ ਪੰਜਾਬੀਆਂ ਦੀ ਕੈਨੇਡੀਅਨ ਪਾਰਲੀਮੈਂਟ ਨਾਲ ਆ ਰਹੀ ਹੈ ਜਿਹੜੀ ਇਸ ਲੈਵਲ ਦੇ ਉੱਤੇ ਜਿਹੜੀ ਐਨ ਆਰ ਆਈਜ਼ ਦੀ ਜਿਹੜੀ ਹੈਗੀ ਹੈ ਪੋਲਿਟਿਕਲ ਅਵੇਅਰਨੈਸ ਪੋਲਿਟਿਕਲ ਪਾਰਟਿਸਪੇਸ਼ਨ ਹੋ ਰਹੀ ਹੈ ਉਹਨੂੰ ਨਜ਼ਰਅੰਦਾਜ਼ ਕਰਨਾ ਹੁਣ ਸ਼ਾਇਦ ਇੰਡੀਅਨ ਪੋਲੀਟੀਸ਼ਨ ਸਪੈਸ਼ਲੀ ਪੰਜਾਬੀ ਪੋਲੀਟੀਸ਼ਨ ਦੀ ਬਸ ਦੀ ਗੱਲ ਹੁਣ ਨਹੀਂ ਰਹੀ ਓਕੇ ਬਿਲਕੁਲ ਬਿਲਕੁਲ ਹਾਂ ਦਨ ਲੰਘੇ ਜਿਹੜੀ ਪਹਿਲਾਂ ਗੱਲ ਸੀਗਾ ਕਿ ਸਿਰਫ ਐਵੇਂ ਲਿਪਾ ਪੁੱਛੀ ਵਾਲੀਆਂ ਗੱਲਾਂ ਸੁਨ ਸਰ ਜਦੋਂ ਆਪਾਂ ਇਸ ਮੁੱਦੇ ਤੇ ਗੱਲ ਕਰਦੇ ਆਂ ਤਾਂ ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਪਿਛਲੇ ਦਿਨਾਂ 'ਚ ਜਿੱਦਾਂ ਆਪਾਂ ਕਹਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਿਰਨਾਵਾਂ ਨੂੰ ਲੈ ਕੇ ਜਾਂ ਜਿੱਦਾਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਹੈ ਉਸ ਤੋਂ ਬਾਅਦ ਜੋ ਲਗਾਤਾਰ ਹੋਇਆ ਹੈ ਅਸਤੀਫੇ ਆ ਰਹੇ ਹੈ ਕਾਬੂ 'ਚ ਨਹੀਂ ਆ ਰਹੀਆਂ ਗੱਲਾਂ ਲੱਗਦਾ ਹੈ ਕਿ ਕਿਤੇ ਅਕਾਲੀ ਲੀਡਰਸ਼ਿਪ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲੀਡਰਸ਼ਿਪ ਹੈ ਇਹਨਾਂ ਮੁੱਦਿਆਂ ਤੇ ਫੇਲ ਸਾਬਤ ਹੋ ਰਹੀ ਹੈ ਇਹਨੂੰ ਟੈਕਲ ਕਰਨ 'ਚ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਨਾਉ ਨੂੰ ਮੈਂ ਨੋਟ ਕੀਤੀ ਹੈ ਜਿਹੜੀ ਗੱਲ ਜੀ ਜੀ ਸਾਰੇ ਸੰਗਤ ਨੇ ਨੋਟ ਕੀਤੀ ਹੈ ਕਿ ਆਪਾਂ ਫਲਿੱਪ ਫਲਾਪ ਬੜੇ ਕਰਦੇ ਹਾਂ ਜਿਹੜਾ ਡਿਸੀਜਨ ਲੈ ਲਿਆ ਇੱਕ ਤੇ ਆਪਾਂ ਸਿਆਣੇ ਬੰਦੇ ਬਿਠਾ ਕੇ ਕਿਉਂਕਿ ਮੈਂ ਪਰਫੈਕਟ ਨਹੀਂ ਹਾਂ ਕੋਈ ਵੀ ਬੰਦਾ ਪਰਫੈਕਟ ਨਹੀਂ ਹੈ ਪਰ ਜਦ 4-5 ਮਾਈਂਡ ਇਕੱਠੇ ਹੋ ਜਾਂਦੇ ਆ ਔਰ ਉਹ ਸੋਚ ਕੇ ਡਿਸੀਜਨ ਲੈਂਦੇ ਆ ਤੇ ਫਿਰ ਉੱਤੇ ਫਲਿੱਪ ਫਲਾਪ ਦੀ ਗੱਲ ਨਹੀਂ ਰਹਿੰਦੀ ਇਸੇ ਕਰਕੇ ਹੀ ਸੰਗਤ ਬੜੀ ਇਸ ਇਸ ਦੇ ਵਿੱਚ ਤਕਲੀਫ ਵੀ ਚਾਹੇ ਕਿ ਤੁਸੀਂ ਪਹਿਲਾਂ ਮਾਫੀ ਦਿੱਤੀ ਫੇਰ ਮਾਫੀ ਨੂੰ ਵਾਪਸ ਲਿਆ ਜੀ ਫੇਰ ਇਹ ਫੇਰ ਉਸ ਤੋਂ ਬਾਅਦ ਗੱਲ ਵੱਧੀ ਵੱਧੀ ਇਤਨੀ ਚੜ ਗਈ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਚੇਂਜ ਕਰਾ ਸਕਨੇ ਆ ਇਹਨਾਂ ਦਾ ਮਾਈਂਡ ਜੀ ਜੀ ਔਰ ਫੇਰ ਤਕਾਸ਼ਾਈ ਹੋ ਜਾਂਦੀ ਹੈ ਸੋ ਮੇਰੀ ਇਹ ਰਿਕੁਐਸਟ ਹੈ ਕਿ ਜੋ ਡਿਸੀਜਨ ਲੋ ਸੋ ਸੋਚ ਸਮਝ ਕੇ ਤਿਆਰੀ ਕਰਕੇ ਸਲੀਪ ਓਵਰ ਇਟ ਓਕੇ ਪਰ ਜੀ ਸਰ ਜਦੋਂ ਆਪਾਂ ਗੱਲ ਕਰਦੇ ਆ ਬਾਹਰਲੇ ਸਿਕ ਸਹਿਬਾਨ ਦੀ ਗੁਰੂਰਾਜ ਜਿੱਦਾਂ ਦੇ ਰੈਜ਼ੋਲੂਸ਼ਨ ਆਏ ਹੈ ਤੁਸੀਂ ਕਿਦਾਂ ਸਮਝਦੇ ਕਿ ਲੋਕਾਂ ਦੇ ਮਨਾਂ ਦੇ ਅੰਦਰ ਕੋਈ ਡਾਡਾ ਗੁੱਸਾ ਹੈਗਾ ਇਸ ਇਸ਼ੂ ਦੇ ਉੱਤੇ ਕਿ ਜਿੱਦਾਂ ਤੜਾ ਤੜ ਮਤਿਆ ਆ ਰਿਹਾ ਹੈ ਪ੍ਰੋਟੈਸਟ ਹੋ ਰਿਹਾ ਹੈ ਜਿੱਦਾਂ ਸਾਡੇ ਪ੍ਰੋਟੈਸਟ ਹੋ ਰਿਹਾ ਹੈ ਸਾਡੇ ਇਸ ਤੋਂ ਕਿਸੇ ਤਰੀਕੇ ਨਾਲ ਵੀ ਬਾਰ ਵੀ ਘਟ ਨਹੀਂ ਹੋ ਰਿਹਾ ਸਿੱਧੂ ਸਾਹਿਬ ਜੇ ਤਾਂ ਜਿਹੜੀ ਮੈਂ ਸੋਨੀ ਸਾਹਿਬ ਦੀ ਥੋੜਾ ਜਿਹਾ ਇਸ ਗੱਲ ਨੂੰ ਅੱਗੇ ਵਧਾਉਣਾ ਚਾਹੂੰਗਾ ਜੀ ਕਿ ਜਿਹੜਾ ਰੋਸ ਹੈ ਉਹ ਗੁਰਦੁਆਰਾ ਸਾਹਿਬ ਦੀ ਬੇਅਦਬੀ ਦੇ ਨਾਲ ਨਹੀਂ ਅਸੋਸੀਏਟਡ ਕੱਲਾ ਹੈਗਾ ਉਹ ਇੱਕ ਇਨਸੀਡੈਂਟ ਸੀ ਜਿਹਦੇ ਵਿੱਚ ਉਸ ਨੇ ਜਿਹੜਾ ਗੁੱਸਾ ਸੀ ਉਹ ਲਾਵੇ ਮੂੰਹ ਉਹ ਇੱਕਦਮ ਬਹੁਤ ਅੱਗੇ ਲਿਆਂਦਾ ਜੀ ਔਰ ਜਿਹੜੀ ਜਿਹੜਾ ਮੌਜੂਦਾ ਸਰਕਾਰ ਜਿਹੜੀ ਅਕਾਲੀ ਭਾਜਪਾ ਸਰਕਾਰ ਪੰਜਾਬ ਦੇ ਵਿੱਚ ਜਿਹੜੀ ਪਿਛਲੇ 8 ਸਾਲ ਤੋਂ ਹਾਕਮ ਹੈ ਉਸ ਦੇ ਖਿਲਾਫ ਜਿਹੜਾ ਗੁੱਸਾ ਹੈ ਉਹਦਾ ਪਹਿਲਾ ਟ੍ਰੇਲਰ ਤਾਂ ਯੂ ਐਸ ਏ ਔਰ ਕੈਨੇਡਾ ਦੇ ਵਿੱਚ ਜਦੋਂ ਮੰਤਰੀ ਪੰਜਾਬ ਦੇ ਉੱਥੇ ਗਏ ਉਹਨਾਂ ਨੇ ਉੱਥੇ ਟ੍ਰੇਲਰ ਦਿੱਤਾ ਜੀ ਔਰ ਜਿਹੜੀ ਪਿਛਲੇ ਪਿਛਲੇ ਕੁਝ ਸਮੇਂ ਜੋ ਜਿਹੜੇ ਪ੍ਰੋਟੈਸਟ ਆ ਰਹੇ ਆ ਪੂਰੀ ਦੀ ਪੂਰੀ ਫਿਲਮ ਜਿਹੜੀ ਹੈ ਉਹ ਤਾਂ ਪੰਜਾਬ ਦੇ ਵਿੱਚ ਬਣਾਈ ਜਾ ਰਹੀ ਸੀ ਉਹ ਦੇਖੀ ਵੀ ਜਾ ਰਹੀ ਹੈ ਔਰ ਪ੍ਰੋਟੈਸਟ ਲਗਾਤਾਰ ਨਿਰੰਤਰ ਕਿਸ ਨਾ ਕਿਸੇ ਫਾਰਮ ਦੇ ਵਿੱਚ ਪੰਜਾਬ ਦੇ ਵਿੱਚ ਆ ਰਿਹਾ ਸੀ ਔਰ ਜਿਹੜੀ ਸਭ ਤੋਂ ਵੱਡੀ ਇਹ ਦੇ ਵਿੱਚ ਜਿਹੜੀ ਮੌਜੂਦਾ ਸਥਿਤੀ ਵਾਸਤੇ ਮੈਂ ਪਹਿਲਾਂ ਪਹਿਲਾਂ ਵੀ ਤੁਹਾਡੇ ਇਸ ਪ੍ਰੋਗਰਾਮ ਦੇ ਰਾਹੀ ਇਹ ਗੱਲ ਸਾਂਝੀ ਕੀਤੀ ਆ ਉਹ ਇਹ ਹੈ ਕਿ ਜਿਹੜੀ ਸ਼ਾਂਤੀ ਭੰਗ ਹੋਈ ਆ ਉਹ ਪ੍ਰੋਟੈਸਟ ਕਰਕੇ ਨਹੀਂ ਹੋਈ ਜੀ ਸ਼ਾਂਤੀ ਭੰਗ ਹੋਣ ਦਾ ਕਾਰਨ ਇਹ ਹੈ ਕਿ ਜਿਹੜੀ ਸਰਕਾਰ ਆ ਉਸਨੇ ਪ੍ਰੋਟੈਸਟ ਨੂੰ ਅਨਗੋਲਿਆ ਕੀਤਾ ਅਨਗੋਲਿਆ ਵੀ ਨਹੀਂ ਕੀਤਾ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜੀ ਜੀ ਔਰ ਪੁਲਿਸ ਨੂੰ ਇਸਤੇਮਾਲ ਕਰਕੇ ਉਸ ਨੂੰ ਪ੍ਰੋਟੈਸਟ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਦ ਲੋਕਾਂ ਦਾ ਜਿਹੜਾ ਹੈਗਾ ਜੀ ਰੋਸ ਇਸ ਲੈਵਲ ਤੱਕ ਪਹੁੰਚ ਜੇ ਕਿ ਉਹ ਸੜਕਾਂ ਤੇ ਬਿਨਾਂ ਕਿਸੇ ਲੀਡਰ ਤੋਂ ਆ ਜਾਣ ਉਸ ਵੇਲੇ ਤੁਹਾਨੂੰ ਪੁਲਿਸ ਜਾਂ ਇਹ ਜਿਹੜਾ ਹੈਗਾ ਜੀ ਫੋਰਸ ਦੇ ਨਾਲ ਨਹੀਂ ਤੁਸੀਂ ਗੱਲ ਕਰ ਸਕਦੇ ਪ੍ਰਕਾਸ਼ ਸਿੰਘ ਬਾਦਲ ਵਰਗੇ ਜਿਹੜੇ ਸੀਜ਼ਨ ਲੀਡਰ ਜੀ ਜੀ ਉਹਨਾਂ ਨੂੰ ਨੇਗੋਸ਼ੀਏਸ਼ਨ ਸਟਾਰਟ ਕਰਨੀਆਂ ਚਾਹੀਦੀਆਂ ਸੀ ਓਕੇ ਔਰ ਉਹ ਪੰਜਾਬ ਦੇ ਵਿੱਚ ਪ੍ਰਧਾਨ ਸਰ ਜੀ ਥੈਂਕ ਯੂ ਵੈਰੀ ਮੱਚ ਮੈਂ ਇਸ ਮੁੱਦੇ ਤੇ ਦੁਬਾਰਾ ਉਹਨਾਂ ਤੁਹਾਡੇ ਵੱਲ ਜਿਹੜਾ ਹੈਗਾ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਚਰਚਾ ਕਰ ਰਹੇ ਹਾਂ ਕਿ ਕੇਵਲ ਪੰਜਾਬ ਜਾਂ ਸਾਡੇ ਦੇਸ਼ ਹੀ ਨਹੀਂ ਜਿਹੜੇ ਬਾਹਰ ਬੈਠੇ ਪ੍ਰਵਾਸੀ ਪੰਜਾਬੀ ਹੈ ਉਹ ਕਿਸ ਤਰ੍ਹਾਂ ਚਿੰਤਤ ਨੇ ਪੰਜਾਬ ਦੀਆਂ ਘਟਨਾਵਾਂ ਬਾਰੇ ਕਿ ਇਹ ਅਹਿਮ ਸਵਾਲ ਹੈ ਜਿਹੜੇ ਅਸੀਂ ਆਪਣੇ ਮਹਿਮਾਨਾਂ ਨਾਲ ਸਾਂਝੇ ਕਰਾਂਗੇ ਪਰ ਨਿੱਕੀ ਜੀ ਬ੍ਰੇਕ ਦੇ ਬਾਅਦ ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ ਸੂਜ਼ਾ ਬ੍ਰੇਕ ਤੋਂ ਪਹਿਲਾਂ ਜਿੱਦਾਂ ਆਪਾਂ ਚਰਚਾ ਕਰ ਰਹੇ ਸੀ ਕਿ ਵੀ ਜਿਹੜੇ ਪ੍ਰਵਾਸੀ ਪੰਜਾਬੀ ਆ ਉਹਨਾਂ ਜਿਸ ਤਰੀਕੇ ਨਾਲ ਅਰਜ਼ੈਂਟਮੈਂਟ ਸਾਹਮਣੇ ਆ ਰਹੀ ਹੈ ਕੀ ਲੱਗਦਾ ਹੈ ਕਿ ਉਹਨਾਂ ਦੀਆਂ ਦਿੱਕਤਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਕਿਉਂਕਿ ਇਹ ਦਰਸ ਸੰਮੇਲਨ ਵੀ ਕਰਵਾਇਆ ਗਿਆ ਜਿੱਦਾਂ ਪੰਨੇ ਸਾਹਿਬ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਜਿਹੜਾ ਹੈ ਸਾਡੀ ਲੀਡਰਸ਼ਿਪ ਉਧਰ ਵਿਦੇਸ਼ਾਂ ਚ ਗਈ ਵੀ ਹੈ ਫਿਰ ਵੀ ਇੰਨੀ ਅਰਜ਼ੈਂਟਮੈਂਟ ਕਿਉਂ ਆ ਦੇ ਕੋਈ ਇਸ ਰੈਜ਼ੈਂਡਮੈਂਟ ਦਾ ਰੀਜ਼ਨ ਮੈਂ ਕੱਲਾ ਨਹੀਂ ਦੇ ਸਕਦਾ ਇਹ ਇਹ ਚੀਜ਼ ਜਿਹੜੀ ਹੈਗਾ ਇਹ ਇਹ ਕਿਸੇ ਤਰ੍ਹਾਂ ਫੈਕਟ ਹਨ ਕਿ ਉੱਥੇ ਥੋੜੀ ਡਿਟੈਚਮੈਂਟ ਹੋਈ ਹੋਈ ਹੈ ਜੀ ਜੀ ਲੀਡਰਸ਼ਿਪ ਨਾਲ ਪਰ ਉਹ ਕਿਉਂ ਹੋਈ ਹੈ ਕਿਸ ਵਜ੍ਹਾ ਨਾਲ ਹੋਈ ਹੈ ਪਿੱਛੇ ਸਾਡੇ ਅਕਾਲੀ ਲੀਡਰ ਸਾਰੇ ਉੱਥੇ ਗਏ ਸਨ ਇਸ ਚੀਜ਼ ਨੂੰ ਫੇਸ ਟੂ ਫੇਸ ਗੱਲ ਕਰਨ ਵਾਸਤੇ ਓਕੇ ਓਕੇ ਔਰ ਸਾਰਿਆਂ ਨਾਲ ਕੀਤੀ ਵੀ ਹੈ ਔਰ ਕੋਸ਼ਿਸ਼ ਇਹ ਹੈ ਵੀ ਸਾਰਿਆਂ ਨਾਲ ਰਿਪੇਅਰ ਹੋ ਸਕੇ ਪਰ ਇਸ ਵਕਤ ਆਉਂਦਿਆਂ ਹੀ ਉਹਨਾਂ ਦੇ ਇਹ ਮੁੱਦਾ ਜਿਹੜਾ ਬਣ ਗਿਆ ਏ ਅਗੇਨ ਵੀ ਆਰ ਬੈਕ ਟੂ ਜ਼ੀਰੋ ਤੇ ਇਸ ਛੀ ਨੂੰ ਰਿਪੇਅਰ ਕਰਨੇ ਵਾਸਤੇ ਥੋੜਾ ਟਾਈਮ ਲੱਗੇਗਾ ਐਸ ਵਕਤ ਮੈਨੂੰ ਆਇਆ ਹ ਉਸ ਇਸ ਇਸ ਮੈਂ ਤੁਹਾਨੂੰ ਚੇਤੇ ਕਰਾਉਣਾ ਹੈ ਕਿ ਵੀ ਸਾਡੀ ਇਧਰੋਂ ਲੀਡਰਸ਼ਿਪ ਜਿਹੜੀ ਗਈ ਉਧਰ ਜਾ ਕੇ ਲੀਡਰ ਜੜੇ ਕੇ ਬਣਾ ਕੇ ਆਏ ਉਹ ਇੱਧਰ ਆ ਕੇ ਜਿਹੜਾ ਕਿ 에어ਪੋਰਟ ਤੇ ਉਤਰੀ ਹੋਣਿਆ ਤੇ ਮਗਰ ਤੁਹਾਡੇ ਲੀਡਰਾਂ ਨੇ ਅਸਤੀਫਾ ਦੇਣੇ ਸ਼ੁਰੂ ਕਰਤੇ ਕੁਝ ਪਰਸਨਲ ਰੀਜ਼ਨ ਹੋ ਜਾਂਦੇ ਆ ਜਿਨ੍ਹਾਂ ਨੇ ਅਸਤੀਫਾ ਦਿੱਤਾ ਉਸ ਦਾ ਮੈਨੂੰ ਇਤਨਾ ਹੈ ਨਹੀਂ ਪਰ ਇਹ ਮੈਨੂੰ ਪਤਾ ਹੈ ਉਹਨਾਂ ਨੇ ਰਿਜ਼ਾਈਨ ਕੀਤਾ ਹੈ ਪਰ ਕੁਝ ਪਰਸਨਲ ਰੀਜ਼ਨ ਵੀ ਹੋ ਸਕਦੇ ਆ ਕਿ ਉਹ ਜੇ ਉਹਨਾਂ ਨਾਲ ਸ਼ੇਅਰ ਨਹੀਂ ਕੀਤੇ ਸੀ ਪਰ ਉੱਥੇ ਗੁਰੂ ਘਰਾਂ ਵਿੱਚ ਪਿਛਲੇ 2 3 4 ਦਿਨ ਤੋਂ ਪਿਛਲੇ ਹਫਤੇ ਤੋਂ ਐਕਚੁਅਲੀ ਸਾਰੇ ਗੁਰੂ ਘਰਾਂ ਵਿੱਚ ਮੀਟਿੰਗਾਂ ਹੋ ਰਹੀਆਂ ਔਰ ਆਈ ਥਿੰਕ ਉਹਨਾਂ ਨੇ ਕਾਫੀ ਮਤੇ ਪਾਸ ਕੀਤੇ ਹੈ ਕਿ ਪੰਜਾਬ ਦੇ ਵਿੱਚ ਮਤੇ ਦਾ ਮੇਨ ਮੁੱਦਾ ਮੇਨ ਮਕਸਦ ਇਹ ਹੈ ਕਿ ਪੰਜਾਬ ਦੇ ਵਿੱਚ ਸ਼ਾਂਤੀ ਪਲੀਜ਼ ਪਲੀਜ਼ ਗਵਰਨਮੈਂਟ ਨੂੰ ਅਪੀਲ ਕੀਤੀ ਹੈ ਸਾਡੀ ਪਾਰਟੀ ਨੂੰ ਭਾਜਪਾ ਨੂੰ ਅਪੀਲ ਕੀਤੀ ਹੈ ਆਕਾਲੀ ਪਾਰਟੀ ਨੂੰ ਅਪੀਲ ਕੀਤੀ ਹੈ ਕਿ ਇੱਥੇ ਸ਼ਾਂਤੀ ਪੰਗ ਨਹੀਂ ਹੋਣੀ ਚਾਹੀਦੀ ਔਰ ਇਹਨਾਂ ਉੱਤੇ ਤੁਸੀਂ ਪਿਆਰ ਨਾਲ ਤਰੀਕੇ ਦੇ ਨਾਲ ਸੰਗਤ ਨਾਲ ਗੱਲ ਕਰਕੇ ਤੇ ਉਸ ਚੀਜ਼ ਦਾ ਹੱਲ ਕਢਿਆ ਜਾਵੇ ओके ओके ਪਰ ਜੀ ਜਦਾਂ ਇਹ ਸਾਰੇ ਮੁੱਦੇ ਨੂੰ ਤੁਸੀਂ ਦੇਖਦੇ ਹੋ ਕਿ ਲੱਗਦਾ ਹੈ ਕਿ ਵੀ ਜਿਹੜੀ ਅਕਾਲੀ ਲੀਡਰਸ਼ਿਪ ਹੈ ਪ੍ਰਵਾਸੀ ਪੰਜਾਬੀਆਂ ਨਾਲੋਂ ਜਿਹੜੇ ਅਲੱਗ-ਥਲਗ ਹੋਣ ਦੀ ਆਪਾਂ ਗੱਲ ਕਰਦੇ ਹਾਂ ਕੀ ਵਜ੍ਹਾ ਹੈਗੀ ਹੈ ਕਿ ਕਿਉਂ ਐਨੀ ਤੇਜ਼ੀ ਦੇ ਨਾਲ ਜਿਹੜਾ ਹੈ ਡਿਟੈਚ ਹੋਏ ਬਾਹਰਲੇ ਪੰਜਾਬੀ ਸੇਦੂਸਾ ਵੇ ਦਾ ਜਿਹੜਾ ਮੂਲ ਕਾਰਨ ਉਹ ਇਹ ਹੈ ਕਿ ਜੀ ਜਿਹੜੀ ਸਰਵਾਈਵਲ ਇਸ਼ੂਜ਼ ਨੇ ਉਹ ਹੈ ਬੇਸਿਕਲੀ ਤਾਂ ਉਹ 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 ਕਾਰਨ ਦੁਨੀਆ ਭਰ ਦੇ ਵਿੱਚ ਰੈਸੈਸ਼ਨ ਦਾ ਮਾਹੌਲ ਹੈ ਕਿਸੇ ਟਾਈਮ ਤੇ ਇਹ ਸੀਗਾ ਜੀ ਕਿ ਜਿਹੜੇ ਸਾਡੇ ਐਨ ਆਰ ਆਈ ਸੀ ਪ੍ਰਵਾਸੀ ਸੀਗੇ ਉਹ ਬਾਹਰੋਂ ਡਾਲਰ ਔਰ ਪਾਉਂਡ ਭੇਜਦੇ ਸੀਗੇ ਤੇ ਔਰ ਪੰਜਾਬ ਦੀ ਜਿਹੜੀ ਇਕਨੋਮੀ ਦੇ ਵਿੱਚ ਕਾਫੀ ਵੱਡਾ ਉਹਨਾਂ ਦਾ ਹਿੱਸਾ ਸੀ ਔਰ ਉਹਦੇ ਵਿੱਚ ਉਹ ਪਾਰਟਿਸਿਪੇਟ ਕਰਦੇ ਸੀ ਪੰਜਾਬ ਦੀ ਜਿਹੜੀ ਪ੍ਰੋਸਪਰਿਟੀ ਹੈ ਉਹਦੇ ਵਿੱਚ ਕਾਫੀ ਵੱਡਾ ਹਿੱਸਾ ਜਿਹੜਾ ਹੈ ਉਹ ਐਨ ਆਰ ਆਈਜ਼ ਦਾ ਜਿਹੜੇ ਸਾਡੇ ਬਾਹਰ ਬੈਠੇ ਪਰ ਪਿਛਲੇ ਜੇ ਤੁਸੀਂ ਧਿਆਨ ਦਿਓ ਜਿਹੜੀ ਰੈਸੈਸ਼ਨ ਗਲੋਬਲ ਲੈਵਲ ਤੇ ਆਈ ਹੈ ਉਹਦੇ ਨਾਲ ਉਹਨਾਂ ਨੂੰ ਵੀ 6 ਵਜੇ ਕਈ ਸਾਡੇ ਜਿਹੜੇ ਪ੍ਰਵਾਸੀ ਨੇ ਉਹਨਾਂ ਦੀਆਂ ਨੌਕਰੀਆਂ ਗਈਆਂ ਨੇ ਜੀ ਜੀ ਔਰ ਉਹਨਾਂ ਦੇ ਘਰ ਉਹਨਾਂ ਦੇ ਬਿਜ਼ਨਸ ਮਾਰਟਗੇਜ ਤੇ ਪੰਜਾਬ ਦੇ ਵਿੱਚ ਵੀ ਹਾਲੇ ਤੱਕ ਬੇਸ਼ੱਕ ਅਸੀਂ ਬਹੁਤ ਸਾਰਾ ਰੌਲਾ ਪਾਈਏ ਉਨੀ ਜਿਹੜੀ ਰੈਸੈਸ਼ਨ ਦਾ ਜਿਹੜਾ ਇੰਪੈਕਟ ਹੈ ਉਹ ਜਿਹੜਾ ਇੰਪੈਕਟ ਪੰਜਾਬ ਦੇ ਵਿੱਚ ਨਹੀਂ ਨਹੀਂ ਸੀ ਪਿਆ ਇਹ ਮੌਜੂਦਾ ਸਰਕਾਰ ਦੇ ਆਉਣ ਤੋਂ ਪਹਿਲਾਂ ਸਾਡੀ ਜਿਹੜੀ ਜਿਹੜੀ ਰੀਅਲ ਏਸਟੇਟ ਦੀ ਪ੍ਰਾਈਸ ਜਿਹੜੀਆਂ ਸੀ ਉਹ ਬਹੁਤ ਜ਼ਬਰਦਸਤ ਸੀਗੀਆਂ ਔਰ ਐਨਲਾਈਜ਼ ਇਹ ਚਾਹੁੰਦੇ ਸੀ ਕਿ ਜਿਹੜੇ ਉਹਨਾਂ ਦੇ ਹਿੱਸੇ ਦੀ ਇੱਥੇ ਜਿਹੜੀ ਜ਼ਮੀਨ ਜਿਆਦਾ ਦਾ ਉਹ ਵੇਚ ਕੇ ਉਹ ਆਪਣੀ ਉਥੇ ਮੌਰਟਗੇਜਸ ਜੇ ਆ ਆਪਣੀ ਜਿਹੜੀ ਹੈਗੀ ਆ ਉਹ ਛੁਡਵਾਉਣਾ ਚਾਹੁੰਦੇ ਓਕੇ ਉਹਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਉਹਦੇ ਕਾਰਨ ਡਿਸਪਿਊਟ ਪੈਦਾ ਹੋਏ ਔਰ ਇੱਥੇ ਮਰਡਰਜ਼ ਤੱਕ ਵੀ ਹੋਏ ਉਹਦੇ ਵਿੱਚ ਜੇ ਤੁਸੀਂ ਪਿਛਲੇ ਤੁਹਾਨੂੰ ਇਹ ਯਾਦ ਹੋਣਾ ਕਿ ਜਿਹੜੇ ਐਨ ਆਰ ਆਈ ਕਮਿਸ਼ਨ ਜਿਹੜਾ ਇੱਥੇ ਬਣਿਆ ਉਹਨਾਂ ਦੀ ਇੱਕ ਪਿੱਛੇ ਜੇ ਪ੍ਰੈਸ ਨੋਟ ਆਇਆ ਸੀ ਕਿ ਆਲਮੋਸਟ 70% ਜਿਹੜੇ ਡਿਸਪਿਊਟਸ ਜਿਹੜੇ ਇਨਵੋਲਵ ਕਰਦੇ ਜਿਨ੍ਹਾਂ ਚ ਐਨ ਆਰ ਆਈ ਇਨਵੋਲਡ ਨੇ ਉਹ ਆਪਣੇ ਫੈਮਿਲੀ ਮੈਂਬਰਸ ਨਾਲ ਹੀ ਪਰਿਵਾਰਾਂ ਚ ਹੀ ਹੈ ਪਰਿਵਾਰ ਨਾਲ ਹੈ ਰਿਸ਼ਤੇਦਾਰਾਂ ਨਾਲ ਔਰ ਇਹ ਬੇਸਿਕ ਇਹ ਹੈਗਾ ਜੀ ਕਿਉਂਕਿ ਉਹ ਜਿਹੜੇ ਇੱਥੇ ਫੈਮਿਲੀ ਆ ਉਹਨਾਂ ਦੀ ਐਸੋਸੀਏਸ਼ਨ ਲੋਕਲ ਪੋਲੀਟੀਕਲ ਲੀਡਰਸ ਦੇ ਨਾਲ ਹੈਗੀ ਆ ਉਹ ਜਿਹੜੇ ਬਾਹਰ ਐਨਆਰਆਈਜ਼ ਨੇ ਉਹ ਆਪਣੇ ਆਪ ਨੂੰ ਚੀਟਿਡ ਮਹਿਸੂਸ ਕਰਦੇ ਨੇ ਵੀ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਆ ਤੇ ਉਹ ਉਹ ਕਹਿੰਦੇ ਜੀ ਅਸੀਂ ਇੰਨੀ ਕੰਟਰੀਬਿਊਸ਼ਨ ਕਰਨ ਤੋਂ ਬਾਅਦ ਵੀ ਸਾਡੇ ਨਾਲ ਆ ਧੱਕਾ ਹੋ ਰਿਹਾ ਸਾਨੂੰ ਜਾਇਰ ਜੀ ਜਿਦੋਂ ਲੱਗਦਾ ਕਿ ਪਿੰਦ ਸੇ ਇਕਨੋਮਿਕ ਐਂਗਲ ਵੀ ਬਹੁਤ ਵੱਡਾ ਐਂਗਲ ਐ ਇਸ ਮੁੱਦੇ ਦੇ ਨੂੰ ਕਰਨ ਤਾਂ ਇਹ ਆ ਉਸ ਤੋਂ ਬਾਅਦ ਜਿਹੜੀ ਹੈਗੀ ਆ ਜੀ ਫਿਰ ਜਿਹੜਾ ਧਾਰਮਿਕ ਇਸ਼ੂ ਆ ਪਰਸਨਲ ਬਾਕੀ ਦੇ ਇਸ਼ੂਜ਼ ਨੇ ਉਹ ਅਟੈਚ ਹੋ ਕੇ ਮੌਜੂਦਾ ਸਰਕਾਰ ਫਿਰ ਉਸ ਉਸੇ ਓਕੇ ਓਕੇ ਆਪਾਂ ਧਾਰਮਿਕ ਧਰਮ ਮੁੱਦਿਆਂ ਦੀ ਗੱਲ ਕਰਦੇ ਆਂ ਜਿਸ ਤਰੀਕੇ ਦੇ ਨਾਲ ਸ਼ੋਮਨੀ ਗੁਰਦਰਾ ਪਰੋਂਦੇ ਕਮੇਟੀ ਬਣੀ ਇਥੋਂ ਦੀ ਜਿਹੜੀ ਲੀਡਰਸ਼ਿਪ ਹੈ ਹੁਣ ਸਾਡੇ ਜਿਹੜਾ ਸਿੱਖ ਭਾਈਚਾਰਾ ਇੱਕ ਮੰਤਰੀ ਪੱਧਰ ਤੇ ਬਹੁਤ ਫੈਲ ਚੁੱਕਾ ਹੈ ਲੱਗਦਾ ਨਹੀਂ ਕਿ ਕਮੰਤਰੀ ਭਾਈਚਾਰਾ ਵੀ ਇਹ ਚਾਹੁੰਦਾ ਹੈ ਕਿ ਜਿਹੜੀ ਇੱਥੇ ਲੀਡਰਸ਼ਿਪ ਚੁਣੀ ਜਾਂਦੀ ਹੈ ਜਾਂ ਬਣਦੀ ਹੈ ਧਾਰਮਿਕ ਲੀਡਰਸ਼ਿਪ ਹੈ ਉਹਦੇ ਚ ਕਮੰਤਰੀ ਭਾਈਚਾਰੇ ਦੀ ਵੀ ਕੋਈ ਨੁਮਾਇੰਦਗੀ ਹੋਣੀ ਚਾਹੀਦੀ ਹੈ ਇਹ ਵੀ ਵਜ੍ਹਾ ਹੋ ਸਕਦੀ ਹੈ ਕਿ ਉਹਨਾਂ ਨੂੰ ਲੱਗਦਾ ਕਿ ਸਾਨੂੰ ਤਾਂ ਪ੍ਰੋਸੈਸ ਹੀ ਨਹੀਂ ਲਿਆ ਜਾਂਦਾ ਕਿਸੇ ਗੱਲ 'ਚ ਬਿਲਕੁਲ ਤੁਹਾਡੀ ਗੱਲ ਸਿੱਧੂ ਸਾਹਿਬ ਮੈਂ ਐਗਰੀ ਕਰਨਾ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਇੱਕ ਹੁੰਦਾ ਹੈ ਪੋਲਿਟੀਕਲ ਪ੍ਰੀਸੈਪਸ਼ਨ ਜੀ ਇੱਕ ਪਬਲਿਕ ਪ੍ਰੀਸੈਪਸ਼ਨ ਪੋਲਿਟੀਕਲ ਪ੍ਰੀਸੈਪਸ਼ਨ ਦੇ ਵਿੱਚ ਹਰ ਇੱਕ ਪਾਰਟੀ ਆਪਣੀ ਪਾਰਟੀ ਨੂੰ ਸਹੀ ਸਮਝਦੀ ਹੈ ਜੀ ਜੀ ਔਰ ਉਸ ਨੂੰ ਡਿਫੈਂਡ ਕਰਦੀ ਹੈ ਪਾਵੇਂ ਗਲਤ ਹੈ ਸਹੀ ਹੈ ਓਕੇ ਪਰ ਉਸ ਨੂੰ ਆਪਾਂ ਅੱਗੇ ਲੈ ਜਾਈਏ ਪਬਲਿਕ ਪ੍ਰੀਸੈਪਸ਼ਨ ਪਬਲਿਕ ਪ੍ਰੀਸੈਪਸ਼ਨ ਤੇ ਪ੍ਰੀਸੈਪਸ਼ਨ ਜਿਹੜਾ ਹੈਗਾ ਉਹ ਤੁਹਾਨੂੰ ਡਿਸਾਈਡ ਕਰਦਾ ਹੈ ਕਿ ਤੁਹਾਨੂੰ ਇਲੈਕਟ ਕਰਨਾ ਹੈ ਕਿ ਨਹੀਂ ਕਰਨਾ ਜੀ ਜੀ ਸੋ ਪੋਲਿਟিক্যাল ਪਰਸੈਪਸ਼ਨ ਨਾਲੋਂ ਪਬਲਿਕ ਪ੍ਰੈਸੈਂਸ ਜ਼ਿਆਦਾ ਜ਼ਰੂਰੀ ਹੈ ਨੰਬਰ 2 ਜਿਹੜੀ ਇਹ ਦੋ ਵੱਖਰੀਆਂ ਵੱਖਰੀਆਂ ਇੰਸਟੀਟਿਊਸ਼ਨਾਂ ਅਨਸਰ ਐਸਜੀਪੀਸੀ ਤੇ ਸਾਡੇ ਜਿਹੜੇ ਪੋਲਿਟিক্যাল ਲੀਡਰਸ ਹਨ ਇਹਨਾਂ ਦੇ ਵਿੱਚ ਬਿਲਕੁਲ ਤਾਲਮੇਲ ਜਿਹੜਾ ਹੈਗਾ ਇਹ ਕੰਟਰੋਲ ਨਹੀਂ ਹੋਣਾ ਚਾਹੀਦਾ ਐਸਜੀਪੀਸੀ ਧਾਰਮਿਕ ਇੰਸਟੀਟਿਊਸ਼ਨ ਹੈ ਉਸ ਨੂੰ ਧਰਮ ਦੇ ਜਿਹੜੀ ਵੀ ਗੱਲਾਂ ਹਨ ਧਾਰਮਿਕ ਗੱਲਾਂ ਹਨ ਉਹਨਾਂ ਉੱਤੇ ਹੀ ਜ਼ੋਰ ਦੇਣਾ ਚਾਹੀਦਾ ਹੈ ਪੋਲਿਟੀਕਲ ਵਾਲੇ ਪਾਸੇ ਪੋਲਿਟੀਕਲ ਬੇਸਿਸ ਨੂੰ ਨਹੀਂ ਦੇਖਣਾ ਇਹ ਬਿਲਕੁਲ ਸਾਰੇ ਸਾਡੇ ਅਮਰੀਕਾ ਵਿੱਚ ਵੀ ਇਸ ਚੀਜ਼ ਨੂੰ ਆਪਾਂ ਬਲੀਵ ਕਰਨਿਆ ਕਿ ਇਹ ਇੰਟਰਫੀਰੈਂਸ ਜਿਹੜੀ ਹੈ ਠੀਕ ਹੈ ਹੁਣ ਇੰਟਰਫੀਰੈਂਸ ਹੋਣ ਕਰਕੇ ਹੀ ਇਹ ਜਿਹੜੀਆਂ ਸਾਡੀਆਂ ਗਲਤੀਆਂ ਹੋਈਆਂ ਔਰ ਉਹਦਾ ਰਿਜ਼ਲਟ ਕੀ ਨਿਕਲੇ ਉਕੇ ਬਾਹਰ ਦੇ ਸਿੱਖ ਕਿ ਮਹਿਸੂਸ ਕਰਦੇ ਕਿ ਨੁਮਾਇੰਦਗੀ ਉਹਨਾਂ ਦੀ ਵੀ ਹੋਣੀ ਚਾਹੀਦੀ ਹੈ ਸੁਨੀ ਸਾਹਿਬ ਬਿਲਕੁਲ ਬਾਹਰ ਦੇ ਸਿੱਖ ਜਿਹੜੇ ਹਨ ਉਹਨਾਂ ਦੀ ਨੁਮਾਇੰਦਗੀ ਲੈ ਲਓ ਇੱਥੇ ਤੇ ਇਹ ਚੀਜ਼ਾਂ ਹੋਣੀਆਂ ਹੀ ਨਹੀਂ ਵਾਪਰਨੀਆਂ ਨਹੀਂ ਜੀ ਵਾਪਰੀਆਂ ਨਹੀਂ ਅਸੀਂ ਉੱਥੇ ਚਾਲੀ-ਚਾਲੀ ਸਾਲ ਹੋ ਗਏ ਹਨ ਅਸੀਂ ਕੁਝ ਤਾਂ ਠੀਕ ਕੀਤਾ ਹੈ ਉੱਥੇ ਉਸ ਕੰਟਰੀ ਵਿੱਚ ਜਾ ਕੇ ਜਿਹੜੇ ਜਿੱਥੇ ਤੱਕ ਅਸੀਂ 0/0 ਗਏ ਸੀ ਥੋ ਸੋਨੀ ਸਾਹਿਬ ਇਹ ਤਾਂ ਕਰਦੇ ਅਸੀਂ ਕਿ ਬਾਹਰੋਂ ਜਿਹੜੀ ਇਨਵੈਸਟਮੈਂਟ ਆ ਜੇ ਸਾਡੇ ਸਕੂਲ ਬਣ ਜਾਣ ਸੜਕਾਂ ਬਣ ਜਾਣ ਪਰ ਧਾਰਮਿਕ ਤੌਰ ਤੇ ਚਾਹੁੰਦੇ ਆ ਕਿ ਵੀ ਇਹ ਠੇਕੇ ਸਾਡੇ ਪੰਜਾਬੀਆਂ ਕੋਲ ਇਧਰਿਆਂ ਕੋਲ ਹੀ ਚਾਹੀਦੇ ਆ ਪਰ ਜੀ ਜੇ ਜੇ ਤੋਂ ਆਪਾਂ ਗੱਲ ਕਰਦੇ ਪੋਲੀਟੀਕਲ ਐਂਗਲ ਤੋਂ ਜਿਹਦੇ ਨੇ ਧਾਰਮਿਕ ਐਂਗਲ ਦੀ ਗੱਲ ਕੀਤੀ ਹੈ ਇਹ ਕੇ ਵੀ ਗੱਲ ਜਿਹੜੀ ਪਿਛਲੇ ਦਿਨ ਜੁਬਰ ਕੇ ਆ ਰਹੀ ਹੈ ਕਿ ਜਿਹੜੇ ਬਾਹਰਲੇ ਪੰਜਾਬੀ ਹੈ ਜੀ ਜਿਸ ਤਰੀਕੇ ਨਾਲ ਆਪਣੇ ਰੂਸ ਪ੍ਰਗਟਾਵੇ ਕਰ ਰਹੇ ਆ ਜਾਂ ਪੰਜਾਬ ਦੀ ਪੋਲੀਟਿਕਸ ਦੀ ਗੱਲ ਕਰਦੇ ਆ ਕਿ ਸ਼ਾਇਦ ਉਹ ਪੰਜਾਬ ਦੀ ਪੋਲੀਟਿਕਸ ਨੂੰ ਵੀ ਉੱਥੋਂ ਬੈਠ ਕੇ ਕੰਟਰੋਲ ਕਰਨਾ ਚਾਹੁੰਦੇ ਕੋਈ ਐਦਾਂ ਦੀ ਗੱਲ ਲੱਗਦੀ ਹੈ ਕੰਟਰੋਲ ਤਾਂ ਨਹੀਂ ਕਰਨਾ ਚਾਹੁੰਦੇ ਪਾਰਟਿਸਿਪੇਟ ਜਰੂਰ ਕਰਨਾ ਚਾਹੁੰਦੇ ਜੀ ਔਰ ਇਹ ਬਹੁਤ ਹੀ ਜਿਹਨੂੰ ਕਹਿੰਦੇ ਰਿਡਕਸ਼ਨਿਸਟ ਗੱਲ ਹੈਗੀ ਹੈ ਜਦੋਂ ਉਹ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਉਹ ਉਹਨੂੰ ਕੰਟਰੋਲ ਕਰਨ ਦੀ ਗੱਲ ਕਰਦੇ ਆ ਪਰ ਜਦੋਂ ਇੱਥੇ ਜਿਹੜੀ ਪਿਛਲੀ ਜਿਹੜੀ ਇਲੈਕਸ਼ਨ ਆ ਉਸ ਤੋਂ ਬਾਅਦ ਹੀ ਇਹ ਸ਼ੁਰੂ ਹੋਇਆ ਕਿ ਜੀ ਉਹਨੂੰ ਉਹ ਕੰਟਰੋਲ ਕਰਨਾ ਚਾਹੁੰਦੇ ਆ ਪਰ ਜਿਹੜੀ ਐਨਲਾਈਜ਼ ਦੀ ਜਿਹੜੀ ਜਿਹੜੀ ਗੱਲ ਆ ਰਹੀ ਹੈ ਉਹ ਹੁਣ ਪੰਜਾਬ ਦੇ ਵਿੱਚ ਵੀ ਇਹ ਗੱਲ ਆ ਰਹੀ ਹੈ ਕਿ ਜਿਹੜਾ ਨਾਰਮਲ ਜਿਹੜੇ ਅਕਾਲੀ ਲੀਡਰਸ ਨੇ ਜੀ ਜੀ ਔਰ ਇੱਕ ਲੈਵਲ ਤੇ ਜਿਹੜੇ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਬਾਹਰ ਰੱਖਣਾ ਚਾਹੁੰਦੇ ਸੀ ਉਹਨਾਂ ਦੇ ਜਿਹੜੇ ਅੱਜ ਦੇ ਵੀ ਉਹਨਾਂ ਦੇ ਖਿਲਾਫ ਜਿਹੜੀ ਹੁਣ opinion ਬਣ ਰਹੀ ਹੈ ਉਹ ਸਾਡੇ ਪ੍ਰੋਟੈਸਟ ਵੀ ਨਜ਼ਰ ਆ ਰਹੀ ਹੈ ਉਹ ਇਹ ਹੈ ਕਿ ਜਿਹੜੀ ਧਰਮ ਤੇ ਰਾਜਨੀਤੀ ਸਾਡੀ ਤੇ ਇਕੱਠੀਆਂ ਨੇ ਜੀ ਜੀ ਉਹ ਵਾਲਾ ਜਿਹੜਾ ਜਿਹੜਾ ਸੈਂਟੀਮੈਂਟ ਹੈ ਉਹਦੇ ਖਿਲਾਫ ਬਹੁਤ ਜ਼ਿਆਦਾ ਹੋ ਰਿਹਾ ਉਹ ਇਹ ਲੋਕੀ ਜਿਹੜਾ ਧਾਰਮਿਕ ਮਾਮਲਿਆਂ ਦੇ ਵਿੱਚ ਪੋਲਿਟੀਕਲ ਇੰਟਰਫੀਰੈਂਸ ਜਿਸ ਤਰ੍ਹਾਂ ਸੁਨੀ ਚਾਹ ਨੇ ਗੱਲ ਕੀਤੀ ਆ ਕਿ ਉਹਦੇ ਵਿੱਚ ਬਿਲਕੁਲ ਨਹੀਂ ਬਰਦਾਸ਼ਤ ਕਰਨ ਨੂੰ ਤਿਆਰ ਐ ਇਸ ਵੇਲੇ ਔਰ ਅਕਾਲੀ ਲੀਡਰਸ਼ਿਪ ਸਿੱਖ ਲੀਡਰਸ਼ਿਪ ਹੁਣ ਜਿਹੜੀ ਹੈਗੀ ਅਕਾਲੀ ਦਲ ਨੂੰ ਵੀ ਇਹ ਮੰਨਣਾ ਚਾਹੀਦਾ ਕਿ ਅਕਾਲੀ ਦਲ ਜਿਹੜੇ ਹੈ ਹੁਣ ਨਰੋਲ ਸਿੱਖਾਂ ਦੀ ਨੁਮਾਇੰਦਾ ਜਮਾਤ ਨਹੀਂ ਰਹੀ ਕਿਉਂਕਿ ਅਕਾਲੀ ਦਲ ਜੇ ਬੇਸ਼ੱਕ ਬਾਹਰ ਜਿਹੜੇ ਪੰਜਾਬ ਤੋਂ ਬਾਹਰ ਜਿਹੜੇ ਜਾਣ ਦੀ ਕੋਸ਼ਿਸ਼ ਕਰ ਰਹੇ ਬਹੁਤ ਵੱਡਾ ਸੈਕਸ਼ਨ ਹੈ ਜਿਹੜਾ ਹੋਰ ਜਿਹੜਾ ਅਕਾਲੀ ਦਲ ਤੋਂ ਬਾਹਰ ਬੈਠਾ ਹੈ ਔਰ ਅਕਾਲੀ ਦਲ ਕੱਲਾ ਇਹ ਕਹੇ ਜੀ ਅਸੀਂ ਉਹ ਹੀ ਨਮਾਇੰਗੀ ਕਰਦੇ ਹਾਂ ਨਮਾਇੰਗੀ ਕਰਦੇ ਆ ਉਹ ਗਲਤ ਗੱਲ ਹੋਊਗੀ ਔਰ ਅਕਾਲੀ ਦਲ ਕਿਸੇ ਟਾਈਮ ਤੇ ਖੁਦ 올 ਇੰਡੀਆ ਗੁਰਦੁਆਰਾ ਐਕਟ ਮੰਗਦਾ ਹੋਇਆ ਅੱਜ ਉਸ ਨੂੰ ਵਿਰੋਧ ਕਰ ਰਿਹਾ ਹੈ ਅਕਾਲੀ ਦਲ ਖੁਦ ਐਸਜੀਪੀਸੀ ਦੀਆਂ ਜਿਹੜੀਆਂ ਰੈਗੂਲਰ ਜਿਹੜੀਆਂ ਸੀਗੀਆਂ ਇਲੈਕਸ਼ਨਸ ਚਾਹੁੰਦਾ ਸੀ ਅੱਜ ਉਸ ਨੂੰ ਇਹਨਾਂ ਦੀ ਆਪਣੀ ਸਰਕਾਰ ਸਟੇਟ 'ਚ ਇਹਨਾਂ ਦੀ ਆਪਣੀ ਸਰਕਾਰ ਸੈਂਟਰ 'ਚ ਉਸ ਨੂੰ ਇਲੈਕਸ਼ਨ ਨਹੀਂ ਹੋ ਰਹੀਆਂ ਨਹੀਂ ਐਸਜੀਪੀਸੀ ਦਾ ਫੈਸਲਾ ਹੀ ਨਹੀਂ ਹੋ ਰਿਹਾ ਉਹ ਕੋਰਟ 'ਚ ਫਸਿਆ ਆ ਸਾਰੇ ਦਾ ਸਾਰਾ ਇਹ ਸਾਰੀ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਜਿਹੜਾ ਕੌਨਫੀਡੈਂਸ ਜਿਹੜਾ ਹੈ ਸਿੱਖ ਮਾਸਸਸ ਦਾ ਉਹ ਇਹਨਾਂ ਦੀ ਆਪਣੀ ਲੀਡਰਸ਼ਿਪ ਜਿਹੜੀ ਪੋਲੀਟੀਕਲ ਲੀਡਰਸ਼ਿਪ ਉਹਦੇ ਖਿਲਾਫ ਜਾ ਰਹੀ ਹੈ ਔਰ ਜਿਹੜਾ ਕਿਉਂਕਿ ਧਰਮ ਦੇ ਵਿੱਚ ਜਿਹੜੇ ਬਹੁਤ ਹੀ ਨਾਜ਼ੁਕ ਇਸ਼ੂ ਹੁੰਦਾ ਧਰਮ ਉਹਦੇ ਵਿੱਚ ਜਿਹੜੀ ਇੰਟਰਫੀਅਰੈਂਸ ਆ ਉਹ ਹੁਣ ਪੋਲੀਟੀਕਲੀ ਇਹਨਾਂ ਨੂੰ ਡੈਮੇਜ ਕਰ ਰਹੀ ਹੈ ਓਕੇ ਓਕੇ ਥੈਂਕ ਯੂ ਵੈਰੀ ਮੱਚ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਚਰਚਾ ਕੀਤੀ ਹੈ ਕਿ ਜਿਹੜੇ ਬਾਹਰ ਬੈਠੇ ਪ੍ਰਵਾਸੀ ਪੰਜਾਬੀ ਹੈਗੇ ਸਿੱਖ ਪਛਾਇਚਾਰਾ ਉਹ ਪੰਜਾਬ ਨਾਲ ਜੁੜੇ ਮੁੱਦਿਆਂ ਤੇ ਕਿਸ ਤਰ੍ਹਾਂ ਚਿੰਤਤ ਹੈਗੇ ਕਿਸ ਤਰ੍ਹਾਂ ਉਹਦਾ ਹੱਲ ਚਾਹੁੰਦੇ ਆ ਇਹਨਾਂ ਸਾਰੇ ਮਾਮਲਿਆਂ ਤੇ ਜੇ ਅਪਾ ਦੇਖਿਆ ਜਾਏ ਚਾਹੇ ਦੇਸ਼ ਵਿੱਚ ਬੈਠਾ ਪੰਜਾਬੀ ਹੈ ਚਾਹੇ ਪ੍ਰਦੇਸ਼ ਵਿੱਚ ਬੈਠਾ ਪੰਜਾਬੀ ਹੈ ਉਹ ਜਿੱਦਾਂ ਸੋਨੀ ਸਾਹਿਬ ਨੇ ਕਿਹਾ ਔਰ ਪੰਦੇਜ ਜੀ ਦੀ ਰਾਇ ਉਹ ਹਮੇਸ਼ਾ ਸੁੱਖ ਸ਼ਾਂਤੀ ਦੇ ਲਈ ਦੁਆ ਕਰਦੇ ਆ ਔਰ ਸਾਰੇ ਵੀ ਚਾਹੁੰਦੇ ਆ ਕਿ ਪੰਜਾਬ ਨੂੰ ਛੇਤੀ ਤੋਂ ਛੇਤੀ ਇਹ ਸੰਕਟ ਚੋਂ ਬਾਹਰ ਹੋਣਾ ਚਾਹੀਦਾ ਅਸੀਂ ਇਹ ਵੀ ਕਹਿੰਦੇ ਆ ਕਿ ਗਲੋਬਲ ਪੰਜਾਬ ਟੀਵੀ ਵੀ ਇਸ ਗੱਲ ਦੇ ਉੱਤੇ ਤੁਹਾਡੀਆਂ ਜਿਹੜੀਆਂ ਰਾਵਾਂ ਹੈਗੀਆਂ ਉਹਦੇ ਨਾਲ ਸਹਿਮਤ ਹੈ ਹੀ ਵਜਾ ਕਿ ਅਸੀਂ ਬਿਨਾਂ ਕਿਸੇ ਲਗ ਲਬੇੜ ਦੇ ਜਿਹੜਾ ਸੱਚ ਹੈ ਉਪਰਵਾਸੀ ਪੰਜਾਬੀਆਂ ਤੱਕ ਪਚਾਉਣ ਦਾ ਆਪਰਾਲਾ ਕਰਦੇ ਆ ਤੁਸੀਂ ਸਾਡੇ ਚ ਡਿਬੇਟ ਹੈ ਜਾਂ ਦੂਜੇ ਪ੍ਰੋਗਰਾਮ ਹੈ ਜਿੱਥੇ ਅਸੀਂ ਅੱਧਲੇ ਪੰਜਾਬੀਆਂ ਨੂੰ ਸ਼ਾਮਲ ਕਰਦੇ ਆ ਤੇ ਜਦੋਂ ਕੋਈ ਪ੍ਰਵਾਸੀ ਪੰਜਾਬੀ ਆਉਂਦਾ ਹੈ ਤਾਂ ਸਾਨੂੰ ਵੀ ਉਹ ਪ੍ਰੋਗਰਾਮ ਚ ਸ਼ਾਮਲ ਕਰਨ ਦੇ ਲਈ ਚਾਹ ਚੜ ਜਾਂਦਾ ਜਿੱਦਾਂ ਸੋਨੀ ਜੀ ਆਇਆ ਹੋਇਆ ਹੋਰ ਦੋਸਤ ਆਉਂਦੇ ਆ ਕਿਉਂਕਿ ਅਸੀਂ ਇਹ ਸਮਝਦੇ ਆ ਕਿ ਅਸੀਂ ਤੁਹਾਡੀ ਆਵਾਜ਼ ਆ ਇਹਨਾਂ ਸਾਰੇ ਮੁੱਦਿਆਂ ਤੇ ਸ਼ਾਮਲ ਹੋਣ ਦੇ ਲਈ ਮੈਂ ਆਪਣੇ ਦੋਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਔਰ ਅੱਜ ਦੇ ਸੌਰਜ ਦੇ ਪ੍ਰੋਗਰਾਮ ਦੇ ਬਾਰੇ ਵਿੱਚ ਕੋਈ ਵੀ ਤੁਸੀਂ رائے ਦੇਣੀ ਹੋਵੇ ਜਗਤਾਰ ਸਿੱਧੂ @globalpunjabtv dot com